ਸਤਨਾਮ ਸ੍ਰੀ ਵਾਹਿਗੁਰੂ ਜੀ ਪੁੱਜ ਬਲਬੀਰ ਬ੍ਰਹਮ ਸੁਖ ਸਾਗਰ ਕਰਤ ਪਰਤ ਗਹਲੋ ਅੰਗੁਰੀਆ ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟੁਕ ਪਿੰਗੁਰੀਆ ਦਿਨ ਨਾਥ ਅਨਾਥ ਕਰਨਾ ਮੈਂ ਸਾਹਿਜਨ ਉਮੀਦ ਪਿਤਾ ਮਹਤਰੀਆ ਚਰਨ ਕਬਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ تیر ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੁਮ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਨਾ ਸਾਕਾ ਊਠਾਖੁਰ ਊਚ ਭਗਵਾਨਾ ਪਰਮ ਸਨਮਾਨ ਸਤਕਾਰ ਯੋਗ ਗੁਰੂ ਗਰੀਬ ਨਿਵਾਜ ਰਾਜਾਨ ਰਾਜ ਪਾਨਨ ਪਹਨ ਦੇਵਾਨ ਦੀਪਮਾ ਮਹਾਨ ਸ਼ਬਦ ਗੁਰ ਕੀ ਰਾਗਹਿਰ ਗੰਭੀਰਾ ਬਿਨ ਸ਼ਬਦ ਜਗ ਬਉਰਾਨੰ ਸਬਦਾ ਅਵਤਾਰ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਪਰ ਰਹੇ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾ ਬਖਸ਼ਿਸ਼ ਰਹਿਮਤ ਹੁੰਦਿਆਂ ਹੋਇਆਂ ਜੋ ਹਫ਼ਤਾਵਾਰਕ ਪ੍ਰੋਗਰਾਮ ਅਨੁਸਾਰ ਅੱਜ ਇਸ ਗੁਰੂ ਕੇ ਪਵਿੱਤਰ ਦਰਬਾਰ ਵਿਖੇ ਸਜੇ ਹੋਏ ਦੁਪਹਿਰ ਦੇ ਦੀਵਾਨ ਦੀ ਹਾਜ਼ਰੀ ਪ੍ਰਾਪਤ ਹੋਈ ਹੈ ਜਿਸ ਵੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾਲਤਾ ਕਰਕੇ ਆਪਣੀ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਔਰ ਐਸੀ ਸਤਸੰਗਤ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਗੁਰੂ ਕੀ ਪਵਿੱਤਰ ਬਾਣੀ ਦਾ ਜਾਸ ਬਾਣੀ ਦੀਆਂ ਵਡਿਆਈਆਂ ਬਾਣੀ ਦਾ ਕੀਰਤਨ ਬਾਣੀ ਦੀ ਵਿਆਖਿਆ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਜਿਸ ਦੇ ਪ੍ਰਥਾਏ ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁਛ ਕੇ ਵੇਖੀਏ ਤੇ ਉਹਨਾਂ ਨੇ ਮੈਂ ਬਹੁਤੀਆਂ ਉਨਾਂ ਦੀਆਂ ਰਚਨਾਵਾਂ ਦੀਆਂ ਪੰਕਤੀਆਂ ਵਾਲੇ ਪਾਸੇ ਨੂੰ ਜਾ ਕੇ ਸਮਾਂ ਬਹੁਤਾ ਲੱਗੇਗਾ। ਸੋ ਉਦਾਹਰਨਾ ਦੇ ਕੇ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਨੂੰ ਸਾਹਮਣੇ ਰੱਖ ਕੇ ਤੁਰੇ ਕਿ ਜਿਵੇਂ ਸਾਰੀ ਦੀ ਸਾਰੀ ਬੇੜੀ ਸਮਾਨ ਨਾਲ ਭਰੀ ਹੋਵੇ ਤੇ ਉਸ ਨੂੰ ਜਦੋਂ ਪਾਣੀ ਵਿੱਚ ਠੇਲ ਦਿੱਤਾਏ ਤੇ ਉਸ ਬੇੜੀ ਦਾ ਬਹੁਤਾ ਹਿੱਸਾ ਪਾਣੀ ਵਿੱਚ ਡੁੱਬ ਜਾਂਦਾ ਕੇਵਲ ਦੋਕ ਉਂਗਲਾਂ ਹਿੱਸਾ ਉਹ ਬੇੜੀ ਦਾ ਕਿਨਾਰਾ ਪਾਣੀ ਤੋਂ ਬਾਹਰ ਰਹਿੰਦਾ ਹੈ। ਇਹ ਦੋਕ ਉਂਗਲਾਂ ਉਸ ਬੇੜੀ ਦਾ ਕਿਨਾਰਾ ਪਾਣੀ ਤੋਂ ਬਾਹਰ ਰਹਿਣ ਕਰਕੇ ਇੰਨੀ ਉਹ ਸਮਰੱਥਾ ਰੱਖਦਾ ਦੋ ਉਂਗਲਾਂ ਇਸਾ ਕਿ ਬਾਕੀ ਸਾਰੇ ਦੇ ਸਾਰੇ ਭਰੇਪੂਰ ਨੂੰ ਪਾਰ ਨਗਾ ਦਿੰਦਾ ਦੂਸਰਾ ਕਹਿੰਦੇ ਨੇ ਕਿ ਵੇਸ਼ ਜਿਸ ਪ੍ਰਕਾਰ ਸਵੇਰ ਵੇਲੇ ਔਰ ਸ਼ਾਮ ਵੇਲੇ ਦੋ ਟਾਈਮ ਤੂੰ ਦੋ 10 15 ਮਿੰਟ ਆਪਣੀ ਕਿਚਨ ਵਿੱਚ ਆਪਣੀ ਰਸੋਈ ਵਿੱਚ ਬੈਠ ਕੇ ਭੋਜਨ ਸ਼ੱਕਦਾ ਹੈ ਤੇ ਦੋ ਟਾਈਮ ਛੱਕੇ ਹੋਏ ਭੋਜਨ ਨਾਲ ਤੇਰੇ 24 ਘੰਟੇ ਸੁੱਖ ਨਾਲ ਬਤੀਤ ਹੋ ਜਾਂਦੇ ਨੇ ਤੀਸਰੀ ਉਦਾਹਰਣ ਉਹਨਾਂ ਨੇ ਆਪਣੇ ਉਸ ਜ਼ਮਾਨੇ ਦੇ ਹਿਸਾਬ ਨਾਲ ਦਿੱਤੀ ਕਿ ਜਿਹੜੇ ਵਿਚਾਰੇ ਗਰੀਬ ਲੋਕ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਜਾ ਕੇ ਤੇ ਉੱਥੇ ਰਾਜਿਆਂ ਮਹਾਰਾਜਿਆਂ ਦੀਆਂ ਮੁੱਠੀ ਚਾਪੀ ਆਦਕੀਆਂ ਸੇਵਾਵਾਂ ਕਰਦੇ ਹੁੰਦੇ ਸਨ ਉਹਨਾਂ ਨੇ ਉਸ ਐਗਜ਼ਾਮਪਲ ਨੂੰ ਉਦਾਹਰਣ ਨੂੰ ਸਮਝਾ ਕੇ ਵੇ ਕਿ ਇੱਕ ਵਾਰ ਰਾਜੇ ਦੇ ਦਰਬਾਰ ਵਿੱਚ ਜਾ ਕਰਕੇ ਉਸ ਰਾਜੇ ਦੇ ਚਰਨਾਂ ਤੇ ਜੋਹਾਰ ਕਰਕੇ ਉਹਦੀ ਮੁੱਠੀ ਚਾਪੀ ਕਰਨ ਦਾ ਫਲ ਪੀ ਉਹਦੇ ਤੋਂ ਬਾਅਦ ਉਹਦੀ ਆਪਣੀ ਬਾਕੀ ਦੀ ਜ਼ਿੰਦਗੀ ਦਾ ਟਾਈਮ ਜਿਹੜਾ ਨਾ ਇਹਨਾਂ ਕੁਝ ਉਸ ਰਾਜੇ ਦੀ ਉਸ ਇੱਕ ਘੜੀ ਦੇ ਵਿੱਚ ਸੇਵਾ ਵਿੱਚੋਂ ਫਲ ਮਿਲ ਗਿਆ ਕਿ ਉਹਦੀ ਜ਼ਿੰਦਗੀ ਦੇ ਭੋਗ ਪਦਾਰਥ ਨੂੰ ਮਿਲ ਗਿਆ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਉਦਾਹਰਣਾਂ ਦੇ ਕੇ ਕਿਹਾ ਕਿ ਐ ਮਨੁੱਖ ਤੈਨੂੰ ਪ੍ਰਮਾਤਮਾ ਨੇ ਜੇ ਇਹ ਮਨੁੱਖ ਜ਼ਿੰਦਗੀ ਬਖਸ਼ੀ ਹੈ ਨਾ ਤੇ ਇਹ ਸਾਰੀ ਦੀ ਸਾਰੀ ਰੁਝੇਮਿਆ ਭਰੀ ਜ਼ਿੰਦਗੀ ਵਿੱਚੋਂ ਥੋੜੇ ਤੋਂ ਥੋੜਾ ਜਿੰਨਾ ਕੁ ਸਮਾਂ ਹੋ ਜਾਏ ਗੁਰੂ ਕੀ ਸੰਗਤ ਵਾਸਤੇ ਕੱਢਿਆ ਕਰ ਬਾਕੀ ਦੇ ਭਰੇ ਹੋਏ 베ਰੀ ਦੇ ਪੂਰ ਵੰਗ ਸਾਰੇ ਦਾ ਸਾਰਾ ਤੇਰਾ ਸਮਾ ਸਫਲ ਹੋ ਕੇ ਤੂੰ ਪਰਮਾਤਮਾ ਦੇ ਘਰ ਤੱਕ ਕਰ ਇਸ ਪੂਰ ਨੂੰ ਲੈ ਕੇ ਜਾ ਸਕਦਾ ਹੈ ਜੇ ਦੋ ਟਾਈਮ ਦੋ ਉਂਗਲਾਂ ਦੇ ਪਰਥਾਏ ਸਵੇਰੇ ਸ਼ਾਮ ਤੂੰ ਆਪਣੇ ਆਪ ਨੂੰ ਸੰਗਤ ਵਿੱਚ ਲਿਆਵੇਂ ਸੰਗਤ ਦੀ ਮਹਾਨਤਾ ਦੇ ਅਨੁਸਾਰ ਸੋ ਇਸ ਸੰਗਤ ਵਿੱਚ ਜੁੜੇ ਮਿਲ ਬੈਠ ਕਰਕੇ ਗੁਰੂ ਕੀ ਪਵਿੱਤਰ ਬਾਣੀ ਦੇ ਪਾਠ ਕੀਰਤਨ ਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜੀ ਦੇ ਕੋਲੋਂ ਆਪ ਜੀ ਨੇ ਇਸ ਦਰਬਾਰ ਦੇ ਨਿਯਮ ਅਨੁਸਾਰ ਚੱਲ ਰਹੀ ਗੁਰੂ ਕੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਸੁਣੀ ਹੈ ਔਰ ਨਾਲ ਨਾਲ ਕਥਾ ਵਿਚਾਰ ਵਿੱਚੋਂ ਕਥਾ ਦੇ ਵਿੱਚ ਉਦਾਹਰਣਾ ਐਗਜ਼ੈਂਪਲਾਂ ਪ੍ਰਮਾਣ ਜਿਹੜੇ ਉਹ ਸ਼ਬਦ ਦੇ ਅਰਥ ਨਾਲ ਮੇਲ ਖਾਂਦੇ ਹੋਣ ਉਹ ਢੁਗਦੇ ਪ੍ਰਮਾਣ ਨਾਲ ਮਿਲਣੇ ਤੇ ਤਕਰੀਬਨ ਉਹ ਸਾਰੇ ਦੇ ਸਾਰੇ ਪ੍ਰਮਾਣ ਗੁਰਬਾਣੀ ਜਾਂ ਗੁਰਬਾਣੀ ਦੇ ਉਪਦੇਸ਼ ਨੂੰ ਸਿੱਖਿਆ ਨੂੰ ਕਮਾ ਕੇ ਜਿਨ੍ਹਾਂ ਨੇ ਆਪਣਾ ਜੀਵਨ ਕਮਾਇਆ ਹੈ ਐਸੇ ਉਹਨਾਂ ਸਤਪੁਰਸ਼ਾਂ ਮਹਾਂਪੁਰਸ਼ਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਉਹ ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦ ਵਾਲੇ ਸੋ ਐਸੇ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਉਦਾਹਰਣਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਬੜਾ ਆਨੰਦ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਜੀਆਂ ਨੂੰ ਇਹ ਗੱਲ ਅਨਾਉਂਸਮੈਂਟ ਕਰਕੇ ਬੇਨਤੀ ਰੂਪ ਵਿੱਚ ਬੇਨਤੀ ਕੀਤੀ ਗਈ ਹੈ ਇਹ ਸਿੱਖ ਧਰਮ ਦੀ ਉਹ ਮਹਾਨ ਹਸਤੀ ਮਹਾਨ ਸ਼ਖਸੀਅਤ ਬਾਬਾ ਦਇਆ ਸਿੰਘ ਜੀ ਮੁੱਖ ਸੇਵਾਦਾਰ ਜਿਨ੍ਹਾਂ ਨੂੰ ਆਪਾਂ ਵਿਦੀ ਚੰਦ ਦਾ ਸੁਰ ਸਿੰਘ ਵਾਲੇ ਕਹਿੰਦੇ ਆ। ਸੋ ਉਹ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਸ ਫਾਨੀ ਦੁਨੀਆ ਦੇ ਇਸ पसारे ਨੂੰ ਤਿਆਗ ਕੇ ਉਸ ਪ੍ਰਮਾਤਮਾ ਵਿੱਚ ਲੀਨ ਹੋ ਗਏ ਸੱਚਖੰਡ ਵਾਸੀ ਐਸੇ ਸਤਪੁਰਸ਼ਾਂ ਦੇ ਜੀਵਨ ਦੀ ਯਾਦ ਜੋ ਦਿਲਾਂ ਵਿੱਚ ਬੈਠੀ ਹੈ। ਭਾਈ ਸਾਹਿਬ ਸਿੰਘ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਦੇ ਜੀਵਨ ਦੀਆਂ ਘਟਨਾਵਾਂ ਜਿੱਥੋਂ ਬਾਬਾ ਬਿਧੀ ਚੰਦ ਜੀ ਦਾ ਇਸ ਸਿੱਖੀ ਜਾਂ ਗੁਰੂ ਘਰ ਦੇ ਨਾਲ ਨਾਤਾ ਬਣਿਆ ਉਹਦੀਆਂ ਉਦਾਹਰਣਾਂ ਇਤਿਹਾਸ ਵਿੱਚੋਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਤੇ ਜੇ ਇਸੇ ਗੱਲ ਨੂੰ ਲੈ ਕੇ ਕਿ ਉਹਦੇ ਤੋਂ ਪਹਿਲਾ ਜੀਵਨ ਕੁਝ ਆਮ ਸੰਸਾਰ ਦੀ ਸੁਰਤੀ ਬਿਰਤੀ ਵਾਲਾ ਜਿਹਨੂੰ ਸਿੰਘ ਸਾਹਿਬ ਜੀ ਨੇ ਬਚਨ ਵਰਤ ਤੇ ਕਿ ਬੜਾ ਤੇਜ ਚੁਸਤ ਚਲਾਕ ਸੁਭਾ ਤੇ ਇਹਦੇ ਵਿੱਚ ਇਨਸਾਨ ਕਈ ਤਰ੍ਹਾਂ ਦੀਆਂ ਕਈ ਵਾਰੀ ਗਲਤ ਪਗ ਡੰਡੀਆਂ ਲੈ ਬੈਠਦਾ ਉਸ ਅਨੁਸਾਰ ਆਪਣਾ ਜੀਵਨ ਜਿਉ ਰਏ ਸਨ ਪਰ ਇੱਕ ਐਸੇ ਸਤਪੁਰਸ਼ ਦੀ ਸੰਗਤ ਮਿਲੀ ਬਾਬਾ ਅਦਲੀ ਜੀ ਦਾ ਸੰਗ ਮਿਲਿਆ ਤੇ ਉਸ ਸੰਗ ਨੇ ਇੱਕ ਸੱਚੇ ਗੁਰੂ ਨਾਲ ਮਿਲਾ ਦਿੱਤਾ ਤੇ ਸੱਜ ਜਾਣ ਉਸ ਗੁਰੂ ਰੂਪ ਪਾਰਸ ਨਾਲ ਸ਼ੋਕ ਕੇ ਇਹੋ ਜਿਹੇ ਪਾਰਸ ਬਣ ਗਏ ਜਿਹਦੀ ਅੱਗੇ ਜਾ ਕਰਕੇ ਜੇ ਉਹਨਾਂ ਦੇ ਕਾਲ ਚਲਾਣੇ ਵਾਲੇ ਪ੍ਰਸੰਗ ਨੂੰ ਵੇਖਣ ਦਾ ਯਤਨ ਕਰੀਏ ਤੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਹੜੀਆਂ ਉਹਨਾਂ ਨੇ ਖੁਸ਼ੀਆਂ ਲਈਆਂ ਉਹ ਤੇ ਆਪਾਂ ਨੇ ਬਹੁਤ ਵਾਰ ਇਤਿਹਾਸ ਵਿੱਚ ਪੜ੍ਹਿਆ ਸੁਣਿਆ ਹੋਵੇਗਾ ਕਿ ਜਿਸ ਪ੍ਰਕਾਰ ਲਾਹੌਰ ਦੇ ਕਿਲੇ ਵਿੱਚ ਉਹ ਘੋੜੇ ਕੱਢ ਕੇ ਲਿਆਉਣੇ ਪੱਟੀ ਦੇ ਵਿੱਚੋਂ ਦਸ਼ਾਲੇ ਕੱਢ ਕੇ ਲਿਆਉਣੇ ਤਕਰੀਬਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ ਜਿਹੜਾ ਜ਼ੁਲਮ ਦੇ ਖਿਲਾਫ ਚਾਰ ਜੰਗਾਂ ਹੋਈਆਂ ਦੋ ਜੰਗਾ ਇਸੇ ਦਾ ਹੀ ਕਾਰਨ ਬਣੀਆ ਇੱਕ ਵਾਰੀ ਲਾਹੌਰ ਦੇ ਕੱਢੇ ਹੋਏ ਘੋੜਿਆਂ ਅਨੁਸਾਰ ਤੇ ਪੱਟੀ ਦੇ ਦੁਸ਼ਾਲਿਆਂ ਕਰਕੇ ਚਲੋ ਲਓ ਵਿਚਾਰ ਪਰ ਇਹਦੇ ਤੋਂ ਅਗਾਹ ਜਾ ਕਰਕੇ ਬਾਬਾ ਵਿਧੀ ਚੰਦ ਜੀ ਨੂੰ ਬਾਹਰ ਦੇਸਾਂ ਪ੍ਰਦੇਸਾਂ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰ ਵਾਸਤੇ ਭੇਜਿਆ ਤੇ ਗੁਜਰਾਤ ਦੇ ਦਿਓ ਨਗਰ ਵਿੱਚ ਇੱਕ ਸ਼ੁੰਦਰ ਸਾਹ ਫਕੀਰ ਰਹਿੰਦਾ ਜਿਹਨੂੰ ਇਤਿਹਾਸ ਨੇ ਆਪਣੇ ਛਾਤੀ ਵਿੱਚ ਸਦਾ ਵਾਸਤੇ ਸਵੀਕਾਰ ਕਰਕੇ ਰੱਖਿਆ ਔਰ ਉਸ ਨੂੰ ਆਪਣੀਆਂ ਰਧੀਆਂ ਸਿੱਧੀਆਂ ਐਸੀਆਂ ਕਰਾ ਮਾਤਾ ਦਾ ਐਸੀਆਂ ਤਾਕਤਾਂ ਦਾ ਮਾਣ ਹੈ ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਇਸ ਇਲਾਕੇ ਜਾਂ ਇਸ ਪਿੰਡ ਵਿੱਚ ਜਾਂ ਇਹਦੀ ਜੂ ਵਿੱਚ ਕੋਈ ਐਹੋ ਜਿਹਾ ਹੋਰ ਸ਼ਕਤੀਸ਼ਾਲੀ ਇਨਸਾਨ ਆਵੇ ਜਿਹਦੇ ਨਾਲ ਮੇਰੀ ਪ੍ਰਤਿਭਾ ਮੇਰੀ ਕੋਈ ਪੂਜਾ ਜਾਂ ਮੇਰਾ ਮਾਨ ਸਤਕਾਰ ਘਟਦਾ ਹੈ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਿਸ ਵੇਲੇ ਬਾਬਾ ਵਿਧੀ ਚੰਦ ਜੀ ਉੱਥੇ ਗਏ ਤੇ ਇੱਕ ਸੁੱਕੇ ਪਿੱਪਲ ਥੱਲੇ ਬਹਿ ਕੇ ਜਾਸੁਕੇ ਬੋੜ ਥੱਲੇ ਬਹਿ ਕੇ ਉਹਨਾਂ ਨੇ ਸ਼ਾਮ ਦੇ ਟਾਈਮ ਰਹਿਰਾਜ ਸਾਹਿਬ ਜੀ ਦਾ ਪਾਠ ਕੀਤਾ ਜਿਨੀਆਂ ਇੱਕ ਸਿੱਖ ਸੰਗਤਾਂ ਉੱਥੇ ਮੇਲਾ ਬਣ ਸਕੇਆ ਜੋੜ ਮੇਲਾ ਸੰਗਤ ਰੂਪ ਬਣੀ ਤੇ ਉੱਥੇ ਉਹ ਬਾਣੀ ਦੀਆਂ ਪੰਕਤੀਆਂ ਪੜੀਆਂ ਕਿ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਐਸੇ ਬਚਨਾਂ ਨੂੰ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਬਾਣੀ ਦਾ ਪਾਠ ਕੀਤਾ ਤੇ ਉਹ ਸੁੱਕੇ ਪਿੱਪਲ ਦੀਆਂ ਕੁਰੰਬਲਾ ਨਿਕਲ ਆਈਆਂ ਉਹਦੇ ਵਿੱਚ ਹਰਿਆਵਲਤਾ ਪ੍ਰਗਟ ਹੋ ਗਈ ਜਦੋਂ ਇਹ ਗੱਲ ਦਾ ਪਤਾ ਉਸ ਇਲਾਕੇ ਨੂੰ ਜਾਂ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਜਿਵੇਂ ਜਿਵੇਂ ਉਹ ਖਬਰ ਘੁੰਮੀ ਫਿਰੀ ਬੜੇ ਉਤਸ਼ਾਹ ਨਾਲ ਲੋਕ ਭੀੜਾਂ ਬਣਾ ਬਣਾ ਕੇ ਉਸ ਵੇਲੇ ਐਸੇ ਸਾਧੂ ਦੇ ਦਰਸ਼ਨ ਕਰਨ ਵਾਸਤੇ ਆ ਗਏ ਪਰ ਉਹ ਸੁੰਦਰ ਸ਼ਾ ਫਕੀਰ ਨੂੰ ਜਿਵੇਂ ਇਸ ਗੱਲ ਦਾ ਪਤਾ ਲੱਗਾ ਪਰ ਉਹ ਇਸ ਗੱਲ ਤੋਂ ਬੜਾ ਦੁਖੀ ਹੋਇਆ ਇਤਿਹਾਸ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਉਹ ਆਪਣੀਆਂ ਰਧੀਆਂ ਸਿੱਧੀਆਂ ਦੀ ਕਰਾਮਾਤ ਦੀ ਸ਼ਕਤੀ ਦੇ ਨਾਲ ਇੱਕ ਸ਼ੇਰ ਦੀ ਸਵਾਰੀ ਕਰਕੇ ਸ਼ੇਰ ਤੇ ਚੜ ਕੇ ਬਾਬਾ ਬਿਧੀ ਚੰਦ ਜੀ ਨੂੰ ਪ੍ਰਭਾਵਿਤ ਕਰਨ ਬਾਅਦ ਤੇ ਜਿੱਥੇ ਬਾਬਾ ਬਿਧੀ ਚੰਦ ਜੀ ਦਵਾਨ ਲਾ ਕੇ ਬੈਠੇ ਉਹਦੇ ਸਾਹਮਣੇ ਆਏ। ਖਿਆਲ ਇਹ ਸੀ ਕਿ ਸ਼ਾਇਦ ਇਹ ਗੱਲ ਵੇਖ ਕੇ ਤੇ ਪ੍ਰਭਾਵਿਤ ਹੋ ਕੇ ਡਰ ਜਾਣਗੇ, ਘਬਰਾ ਜਾਣਗੇ ਕਿ ਇਸ ਫਕੀਰ ਕੋਲ ਇੰਨੀ ਸ਼ਕਤੀ ਆ, ਇੰਨੀ ਤਾਕਤ ਆ ਕਿ ਐਸਾ ਖੁੰਖਾਰ ਜਾਨਵਰ ਸ਼ੇਰ ਜਿਹੜਾ ਇਹਨੇ ਆਪਣੇ ਵਸੀਕਰ ਕੀਤਾ ਹੋਇਆ। ਪਰ ਜਿਵੇਂ ਜਿਵੇਂ ਉਹ ਸਾਹਮਣੇ ਆ ਕੇ ਖਲੋਤੇ ਤੇ ਬਾਬਾ ਬਿਧੀ ਚੰਦ ਜੀ ਨੇ ਭਗਤੀ ਵਿੱਚ ਲੀਨਤਾ ਦੇ ਉਸ ਆਨੰਦ ਨਾਲ ਜਦੋਂ ਆਪਣੇ ਨੈਤਰ ਖੋਲ ਕੇ ਸੁੰਦਰ ਸ਼ਹਿ ਫਕੀਰ ਸਮੇਤ ਉਸ ਸ਼ੇਰ ਦੇ ਉੱਤੇ ਆਪਣੀ ਦ੍ਰਿਸ਼ਟੀ ਪਾਈ ਤੇ ਇਤਿਆਹਾਸ ਦੱਸਦਾ ਉਹ ਸ਼ੇਰ ਜੜੋ ਗਿਆ ਸ਼ੇਰ ਤੁਰਨੋਂ ਫਿਰਨੋਂ ਜਾਂ ਹਿਲਨੋਂ ਜੁਲਨੋਂ ਅਸਮਰਥ ਹੋ ਗਿਆ ਉਸ ਫਕੀਰ ਨੇ ਆਪਣਾ ਸਾਰਾ ਯਤਨ ਕੀਤਾ ਹੀਲਾ ਕੀਤਾ ਪਰ ਉਹਦੀ ਕੋਈ ਵਾਹ ਨਾ ਗਈ ਅਖੀਰ ਹਾਰ ਕੇ ਆਪਣੀਆਂ ਸ਼ਕਤੀਆਂ ਦਾ ਆਪਣੇ ਆਪ ਨੂੰ ਨਿਊਣਪਨ ਸਮਝ ਕਰਕੇ ਉਸ ਫਕੀਰ ਨੂੰ ਭਾਈ ਸਾਹਿਬ ਪਾਈਬੀ ਦੀ ਚਾਂਦੀ ਦੇ ਚਰਨੀ ਪੈਣਾ ਪਿਆ ਚਰਣੀ ਪੈ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਔਰ ਮਾਫੀ ਮੰਗ ਕੇ ਕੁਝ ਸਮਾਂ ਉਸ ਸੁੰਦਰ ਸ਼ਾ ਫਕੀਰ ਨੇ ਬਾਬਾ ਵਿਦੀ ਚਾਂਜੀ ਨੂੰ ਆਪਣੀ ਕੁਟਿਆ ਵਿੱਚ ਰੱਖਿਆ ਤੇ ਕੁਟਿਆ ਵਿੱਚ ਰੱਖ ਕੇ ਉਸ ਵੇਲੇ ਇਹਨਾਂ ਬਚਨ ਬਿਲਾਸ ਅਤੇ ਸਤ ਸੰਗਤ ਦੇ ਐਸੇ ਆਨੰਦ ਵਿੱਚੋਂ ਉਸ ਸੁੰਦਰ ਸ਼ਾ ਫਕੀਰ ਨੂੰ ਇਹ ਆਪਣੇ ਆਪ ਨੂੰ ਮਹਿਸੂਸ ਹੋਇਆ ਵੀ ਮੈਂ ਤੇ ਸਾਰੀ ਦੀ ਸਾਰੀ ਜ਼ਿੰਦਗੀ ਕਿਤੇ ਐਵੇਂ ਪੱਥਰਾਂ ਦੇ ਪੈਂਡਿਆਂ ਵਿੱਚ ਹੀ ਤੁਰਿਆ ਫਿਰਦਾ ਰਿਹਾ ਕੁਝ ਨਹੀਂ ਕਮਾ ਪਾਇਆ ਭਾਵੇਂ ਸ਼ਕਤੀਆਂ ਪ੍ਰਾਪਤ ਕਰ ਲਈਆਂ ਭਾਵੇਂ ਦੁਨੀਆ ਨੂੰ ਪ੍ਰਭਾਵਿਤ ਕਰ ਲਿਆ ਲੇਕਿਨ ਆਤਮਿਕ ਆਨੰਦ ਵਾਲੇ ਪਾਸੇ ਨੂੰ ਜਾਂ ਜਿਹੜੇ ਕਮਲ ਸਿੱਧੇ ਵਾਲੀ ਗੱਲ ਗੁਰਬਾਣੀ ਦੇ ਆ ਸ਼ਬਦ ਨੇ ਕਹੀ ਏ ਜਾਂ ਜਿਹੜੀ ਅਨਹਦ ਧੁਨੀ ਦਾ ਚਰਨਾਟਾ ਸ਼ਰਨ ਵਾਲੀ ਗੱਲ ਕਹੀ ਏ ਉਸ ਪਾਸੇ ਵੱਲ ਨੂੰ ਤੇ ਮੈਂ ਇੱਕ ਕਦਮ ਵੀ ਨਹੀਂ ਤੁਰਿਆ ਬੜੀ ਭਾਵਨਾ ਨਾਲ ਬੜੇ ਪਿਆਰ ਨਾਲ ਕੁਝ ਦਿਨ ਬਾਬਾ ਵਿਧੀ ਚੰਦ ਜੀ ਨਾਲ ਉਹ ਸੁੰਦਰ ਸ਼ਾ ਫਕੀਰ ਦੇ ਬਤੀਤ ਹੋਏ ਅਖੀਰ ਗੁਰੂ ਹੁਕਮ ਅਨੁਸਾਰ ਬਾਬਾ ਬੀਦੀ ਚੰਦ ਜੀ ਅੱਗੇ ਚੱਲਣਾ ਚਾਹੁੰਦੇ ਆ ਤਾਂ ਉਸ ਵੇਲੇ ਉਹ ਸੁੰਦਰ ਸ਼ਾ ਫਕੀਰ ਨੇ ਇੱਕ ਹੱਥ ਜੋੜ ਕੇ ਅਰਦਾਸ ਕੀਤੀ ਕਹਿਣ ਲੱਗੇ ਬਾਬਾ ਜੀ ਐਸ ਗੱਲ ਤੱਕ ਜਾਂ ਐਸ ਰਹਿਮਤ ਤੱਕ ਜੇ ਪਹੁੰਚਾ ਦਿੱਤਾਓ ਤੇ ਛੱਡ ਕੇ ਨਾ ਜਾਵਾ ਬੰਨੇ ਲਾ ਦਿਓ ਨਾਲ ਲੈ ਜਾਓ ਅਰਦਾਸ ਭਾਵਕ ਉਹਦਾ ਭਾਵ ਇਹ ਨਹੀਂ ਸੀ ਤੁਸੀਂ ਹੁਣ ਚੱਲੇ ਹੋ ਤੇ ਮੈਨੂੰ ਆਪਣੇ ਨਾਲ ਲੈ ਜਾ। ਨਹੀਂ ਉਹਨਾਂ ਦਾ ਅੰਤਰੀਵ ਰੂਪ ਦੇ ਵਿੱਚ ਉਹਦਾ ਇਸ ਗੱਲ ਦਾ ਅਰਥ ਸੀ ਕਿ ਭਾਈ ਸਾਹਿਬ ਜੀ ਜੇ ਇਸ ਆਤਮਾ ਕਰਕੇ ਤੁਸੀਂ ਉਸ ਭਾਵ ਭਗਤੀ ਦਾ ਆਨੰਦ ਦਾ ਇਹ ਖੇੜਾ ਮੇਰੇ ਅੰਦਰ ਪਾਇਆ ਵਾ ਕੁਝ ਦਿਨਾਂ ਵਿੱਚ ਰਹਿ ਕੇ ਤੇ ਮੈਨੂੰ ਕਿਰਪਾ ਕਰੋ ਇਸ ਆਨੰਦ ਵਿੱਚ ਉਸ ਆਨੰਦ ਦਾ ਸਮੁੰਦਰ ਰੂਪ ਪ੍ਰਮਾਤਮਾ ਵਿੱਚ ਲੀਨ ਕਰਾਉਣ ਤੱਕ ਦਾ ਮਾਰਗ ਮੇਰਾ ਪੂਰਾ ਕਰ ਦਿਓ। ਤਾਂ ਉੱਥੇ ਇਤਿਹਾਸ ਦੱਸਦਾ ਹੈ ਕਿ ਬਾਬਾ ਵਿਦੀ ਚੰਦ ਜੀ ਬਚਨ ਕਰਕੇ ਗਏ। ਕਿ ਬਾਬਾ ਜੀ ਫਕੀਰ ਜੀ ਜਿਸ ਵੇਲੇ ਤੁਹਾਡਾ ਉਹ ਟਾਈਮ ਆਏਗਾ ਮੈਂ ਤੁਹਾਡੇ ਕੋਲ ਹੋਵਾਂਗਾ। ਔਰ ਬਾਬਾ ਬੀਦੀ ਚਾਂਜੀ ਉਸ ਵੇਲੇ ਉਹ ਪ੍ਰਚਾਰਕ ਦੌਰਾ ਪੂਰਾ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚਾਏ ਕੁਝ ਸਮਾਂ ਬਤੀਤ ਹੋਇਆ ਔਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਸਕਰਾ ਕੇ ਆਪ ਹੱਸ ਕੇ ਬੜੇ ਪਿਆਰ ਤੇ ਖੁਸ਼ੀ ਨਾਲ ਵਿਦਾਇਗੀ ਦੇ ਕੇ ਬਾਬਾ ਬੀਦੀ ਚਾਂਜੀ ਨੂੰ ਅੰਤਲੇ ਟਾਈਮ ਉਹ ਸੁੰਦਰ ਸਾਹਿਬ ਫਕੀਰ ਦੇ ਕੋਲ ਭੇਜਿਆ। ਇਕ ਬਾਬਾ ਬਿਦੀਚੰਦ ਉਹ ਸੁੰਦਰ ਸਾਹਿਬ ਫਕੀਰ ਦੋਵੇਂ ਬੜੇ ਪਿਆਰ ਦੀ ਲੀਨਤਾ ਵਿੱਚ ਭਗਤੀ ਭਾਵ ਵਿੱਚ ਜੁੜ ਕਰਕੇ ਉਸ ਥਾਂ ਤੇ ਇੱਕੋ ਸਮੇਂ ਆਪਣੇ ਸਰੀਰ ਨੂੰ ਛੱਡ ਕੇ ਸੱਚਖੰਡ ਗਮਨ ਕੀਤਾ ਭਾਵ ਕਿ ਇੱਕ ਐਸੀ ਦੁਨੀਆ ਦੀਆਂ ਰਿੱਧੀਆਂ ਸਿੱਧੀਆਂ ਜਾਂ ਤਪਾਂ ਆਦਿਕ ਦੀ ਐਸੀ ਮਹਿਮਾ ਦੀ ਵਿੜਿਆਈ ਦੇ ਵਿੱਚ ਹੰਕਾਰੀ ਹੋਈ ਭੁੱਲੀ ਹੋਈ ਆਤਮਾ ਨੂੰ ਬਾਬਾ ਬਿਦੀਚੰਦ ਜੀ ਮਾਨੋ ਬਾਹ ਫੜ ਕੇ ਇਸ ਦੁਨੀਆ ਦੀ ਦਲਦਲ ਭਰੀ ਇਸ ਜ਼ਿੰਦਗੀ ਦੇ ਸਮੁੰਦਰ ਵਿੱਚੋਂ ਲੈ ਕੇ ਤੇ ਐਨ ਸਡੌਲ ਕੱਢ ਕੇ ਉਸ ਪਰਮਾਤਮਾ ਵਿੱਚ ਲੀਨ ਕਰ ਗਏ ਉਹਨੂੰ ਵੀ ਨਾਲ ਲੈ ਗਿਆ ਜਿਵੇਂ ਬਾਬਾ ਸੋਹਣ ਸਿੰਘ ਜੀ ਦੀ ਗੱਲ ਆਪ ਜੀਆ ਨੇ ਸਿੰਘ ਸਾਹਿਬ ਜੀ ਦੇ ਕੋਲੋਂ ਸੁਣੀ ਕਿਉਂਕਿ ਇਹ ਗੱਲਾਂ ਤਕਰੀਬਨ ਬਹੁ ਵਾਰੀ ਕਿਸੇ ਲਿਖਤਾਂ ਵਿੱਚ ਨਹੀਂ ਆਉਂਦੀਆਂ ਕਿਸੇ ਗ੍ਰੰਥਾਂ ਕਿਤਾਬਾਂ ਬੁੱਕਾਂ ਵਿੱਚ ਨਹੀਂ ਮਿਲਦੀਆਂ ਜਿਹੜੀ ਗੱਲ ਕਹਿਣੀ ਆਉਂਦਿਆਂ ਵੇਖ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਵੀ ਹਾਂ ਸਿੰਘਾ ਆ ਗਿਆਂ ਲੇਟ ਹੋ ਗਿਆਂ ਤੇਰੇ ਕਰਕੇ 2 ਦਿਨ ਲੇਟ ਹੋਇਆ ਕਿਹੜੇ ਇਸ਼ਾਰੇ ਦੀ ਗੱਲ ਸੀ ਔਰ ਫਿਰ ਆਪਣੇ ਸੱਚਖੰਡ ਜਾਣ ਤੋਂ ਪਹਿਲੋਂ ਧੰਨ ਕਲਗੀਧਰ ਪਿਤਾ ਜੀ ਦੇ ਉਸ ਮਹਾਨ ਅਸਥਾਨ ਦੇ ਬਿਮਾਰ ਘੋੜਿਆਂ ਵਾਸਤੇ ਮਸਾਲਾ ਲਿਖਾ ਕੇ ਚਲੇ ਜਾਣਾ ਐਸੀਆਂ ਜੁੜੀਆਂ ਹੋਈਆਂ ਆਤਮਾ ਦੀ ਗੱਲ ਹੈ ਔਰ ਉਸ ਘਰਾਣੇ ਵਿੱਚੋਂ ਜਿਨ੍ਹਾਂ ਨੇ ਐਸੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਦੇ ਪਾਤਰ ਬਣਨਾ ਕੀਤਾ ਬਾਬਾ ਦਇਆ ਸਿੰਘ ਜੀ ਉਹਨਾਂ ਦੇ ਜੀਵਨ ਵਿੱਚ ਵੀ ਜਿਨ੍ਹਾਂ ਦਾ ਕੋਈ ਜਾੜੀ ਨੇਰਤਾ ਹੈ ਉਹਨਾਂ ਨੂੰ ਹੋਰ ਵੀ ਜ਼ਿਆਦਾ ਪਤਾ ਹੋਵੇਗਾ ਇੱਕ ਵੇਲੇ ਦੀ ਗੱਲ ਕਿਸੇ ਗੁਰਮਖ ਨੇ ਸੁਣਾਈ ਸੀ ਕਹਿਣ ਲੱਗੇ ਕਿ ਸੰਗਤ ਵਿੱਚੋਂ ਇੱਕ ਪਿਆਰੇ ਨੇ ਬੇਨਤੀ ਕੀਤੀ ਕਿ ਬਾਬਾ ਜੀ ਉਹ ਫਲਾਣਾ ਆਦਮੀ ਬੜਾ ਘਰ ਦੇ ਵਿੱਚ ਕਲੇਸ਼ ਹੈ ਕਿਉਂਕਿ ਰੋਜ਼ ਦਾ ਸ਼ਰਾਬੀ ਹੈ ਰੋਜ਼ ਦਾ ਨਸ਼ੇੜੀ ਹੈ ਘਰ ਇਹਨਾਂ ਦਾ ਜ਼ਿੰਦਗੀ ਚਲਦਿਆਂ ਚਲਦਿਆਂ ਸਭ ਕੁਝ ਧੀ ਪੁੱਤ ਪਰਿਵਾਰ ਦਾ ਇੱਕ ਬਗੀਚਾ ਖੜਿਆ ਹੋਇਆ ਹੈ ਲੇਕਿਨ ਇਸ ਦੇ ਐਸੇ ਵੱਦ ਚੱਲਣ ਜੀਵਨ ਵਿੱਚ ਐਸੀ ਇਹ ਹਾਲਾਤ ਬਣੀ ਆ ਕਿ ਇਹਨਾਂ ਦਾ ਜ਼ਿੰਦਗੀ ਦਾ ਘਰ ਨਰਕ ਬਣਿਆ ਪਿਆ ਕਿਰਪਾ ਕਰੋ ਇਸ ਨੂੰ ਦਲਦਲ ਵਿੱਚੋਂ ਕਢੋ ਤੇ ਉਸ ਵੇਲੇ ਜਿਗਰ ਆਉਂਦਾ ਹੈ ਕਿ ਜਿੱਥੇ ਸਤਸੰਗਤ ਵਿੱਚ ਬੈਠੇ ਨੇ ਉਸ ਸਿੱਖ ਨੂੰ ਲੈ ਕੇ ਕੋਲ ਲਿਆਂਦਾ ਗਿਆ ਬੇਨਤੀ ਕੀਤੇ ਹਸਾਬ ਕਿਤਾਬ ਨਾਲ ਮਨ ਵਿੱਚ ਖਿਆਲ ਸੀ ਕਿ ਇਸ ਨੂੰ ਕੁਝ ਸਪੈਸ਼ਲ ਮਹਾਂਪੁਰਸ਼ ਕੋਈ ਬਚਨ ਕਰਨਗੇ ਕੋਈ ਉਪਦੇਸ਼ ਦੇਣਗੇ ਕੋਈ ਸਿੱਖਿਆ ਕੋਈ ਉਹਨੂੰ ਕਹਿਣਗੇ ਵੀ ਇਹ ਨਾ ਕਰ ਬੁਰੇ ਕੰਮ ਨਾ ਕਰਿਆ ਕਰ ਸੱਜਾਣੋ ਬਾਬਾ ਵਿਦੀ ਚੰਦ ਜੀ ਦੀ ਵੰਸ਼ ਦੀਆਂ ਬਰਕਤਾਂ ਨੇ ਬਾਬਾ ਸੋਹਣ ਸਿੰਘ ਜੀ ਦੀ ਵੰਸ਼ ਦੀਆਂ ਬਰਕਤਾਂ ਨੇ ਕਿ ਬਾਬਾ ਦਇਆ ਸਿੰਘ ਜੀ ਦੇ ਕੋਲ ਉਹ ਸਿੱਖ ਕੁਝ ਸਮਾਂ ਬੈਠਾ 2-4 ਮਿੰਟ ਜਾਂ 10 ਮਿੰਟ ਬੈ ਕੇ ਤੇ ਉਹ ਉਸੇ ਤਰ੍ਹਾਂ ਉੱਠ ਕੇ ਚਲੇ ਆ ਗਿਆ ਕੁਝ ਬਚਨ ਸਪੈਸ਼ਲ ਉਹਨੂੰ ਮੁਖਾਤਬ ਹੋ ਕੇ ਨਹੀਂ ਬੋਲੇ ਤੇ ਬੇਨਤੀ ਕਰਨ ਵਾਲੇ ਸਿੰਘ ਨੇ ਫਿਰ ਬੇਨਤੀ ਕੀਤੀ ਜੀ ਆਪ ਜੀ ਨੇ ਕੋਈ ਰਹਿਮਤ ਨਹੀਂ ਕੀਤੀ ਤੇ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਨਹੀਂ ਮੈਂ ਅੱਖਾਂ ਹੀ ਅੱਖਾਂ ਵਿੱਚ ਜੋ ਕਹਿਣਾ ਸੀ ਕਹਿ ਦਿੰਦਾ ਹਾਂ ਮੈਂ ਅੱਖਾਂ ਦੇ ਇਸ਼ਾਰੇ ਵਿੱਚ ਜੋ ਕੁਝ ਉਹਨੂੰ ਸਮਝਾਉਣਾ ਸੀ ਸਮਝਾ ਦਿੰਦਾ ਹਾਂ ਤੇ ਸਾਝ ਜਾਣਿਓ ਬਾਬਾ ਦਇਆ ਸਿੰਘ ਜੀ ਦੀਆਂ ਅੱਖਾਂ ਦੇ ਨੇਤਰਾਂ ਦੇ ਇਸ਼ਾਰਿਆਂ ਦੀ ਸਮਝ ਨੇ ਉਸ ਐਸੇ ਨਸ਼ੇ ਦੇ ਰੁੜੇ ਜਾਂਦੇ ਜੀਵਨ ਨੂੰ ਇੱਕ ਦਿਨ ਦੇ ਵਿੱਚ ਇੱਕ ਪਲ ਦੇ ਵਿੱਚ ਐਸਾ ਬਦਲ ਕੇ ਰੱਖ ਦਿੱਤਾ ਕਿ ਉਹਦੀ ਜ਼ਿੰਦਗੀ ਵਿੱਚੋਂ ਇਹ ਬਦ ਕਰਮ ਨਿਕਲ ਗਿਆ ਖਤਮ ਹੋ ਗਿਆ ਜਬਾਨ ਨੂੰ ਬੋਲ ਕੇ ਕੁਝ ਨਹੀਂ ਕਿਹਾ ਸੋ ਐਸੀ ਰਹਿਮਤਾਂ ਦੀ ਮਾਲਕ ਹੈ ਉਹ ਅੰਸ ਬੰਸ ਜਿਹੜੀ ਸੀਨਾ ਬਸੀਨਾ ਚੱਲੀ ਆਉਂਦੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਦਰਬਾਰ ਦੀਆਂ ਇਹ ਰਹਿਮਤਾਂ ਨੇ ਗੁਰੂ ਚਰਨਾਂ ਵਿੱਚੋਂ ਜਿਨ੍ਹਾਂ ਨੂੰ ਐਸੀ ਰਹਿਮਤ ਨਿਵਾਜ਼ੀ ਮਿਲੀ ਹੈ ਉਹ ਐਸੇ ਮੁਕਾਮ ਤੇ ਪਹੁੰਚ ਜਾਂਦੇ ਨੇ। ਸੋ ਇਸ ਕਰਕੇ ਜਿਹੜੇ ਇਸ ਘਰ ਵਿੱਚ ਜਿਹੜੇ ਇਸ ਸਥਾਨ ਤੇ ਬੈਠੇ ਹੋયા ਆ ਉਹ ਵੀ ਇੱਕ ਐਸੀ ਪਹੁੰਚੀ ਹੋਈ ਐਸੀ ਰਹਿਮਤ ਦੀ ਮਾਲਕ ਆਤਮਾ ਸ਼ਕਸ਼ੀਅਤ ਬਾਬਾ ਠਾਕੁਰ ਸਿੰਘ ਜੀ ਦੀ ਯਾਦ ਵਿੱਚ ਆਪ ਜੀਆ ਨੇ ਇਹ ਸਥਾਨ ਬਣਾਇਆ। ਸੋ ਐਸੇ ਸਤਪੁਰਸ਼ਾਂ ਦੇ ਜੀਵਨ ਦੁਨੀਆ ਵਾਸਤੇ ਰੋਲ ਮਾਡਲ ਹੋਇਆ ਕਰਦੇ ਨੇ ਸੋ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮੰਨਣਾ ਔਰ ਐਸੇ ਸਤਪੁਰਸ਼ਾਂ ਦੇ ਜੀਵਨ ਦੀਆਂ ਐਸੀਆਂ ਕਟਨਾਵਾਆਂ ਐਸੀਆਂ ਰਚਨਾਵਾਆਂ ਐਸੀਆਂ ਰਹਿਮਤਾਂ ਸੁਣਨੀਆਂ ਪੜਨੀਆਂ ਜਿਵੇਂ ਸ਼ਬਦ ਦੀ ਵਿਚਾਰ ਵਿੱਚ ਅੱਜ ਵਾਰ-ਵਾਰ ਰਹਾਉ ਦੀ ਪੰਕਤੀ ਤੋਂ ਬਾਅਦ ਜਾਹ ਜ਼ਬਤ ਜਾਹ ਜ਼ਬਤ ਉਸ ਪ੍ਰਮਾਤਮਾ ਦੇ ਜਪਣ ਦੀ ਗੱਲ ਹੀ ਵਾਰ-ਵਾਰ ਕੀਤੀ ਗਈ ਜਿਵੇਂ ਸਿੰਘ ਸਾਹਿਬ ਜੀ ਨੇ ਇਸ਼ਾਰੇ ਮਾਤਰ ਕਿਹਾ ਸੀ ਕਿ ਅੱਜ ਦਾ ਸਿੱਖ ਜਗਤ ਦਾ ਜ਼ਮਾਨਾ ਜਾਂ ਸਿੱਖ ਵਿਦਵਤਾ ਦਾ ਜ਼ਮਾਨਾ ਵੀ ਇਹ ਆ ਗਿਆ ਕਿ ਜਪਣ ਦੀ ਲੋੜ ਨਹੀਂ ਐ ਜਪਣਾ ਤੋਤਾ ਰਟ ਹੈ ਪ੍ਰਸਾਦ ਜਾਣਿਓ ਬਾਣੀ ਦੇ ਪਵਿੱਤਰ ਉਪਦੇਸ਼ ਨੂੰ ਜੇ ਪਿਆਰ ਤੇ ਭਾਵਨਾ ਦੇ ਤਲ ਤੇ ਆਣ ਕੇ ਅਧਿਐਨ ਕਰਾਂਗੇ ਤੇ ਜਾਪ ਤੋਂ ਬਿਨਾ ਜਾਂ ਸਿਮਰਨ ਤੋਂ ਬਿਨਾ ਕਦਾ ਚੇਤ ਛੁਟਕਾਰਾ ਹੋਣਾ ਹੀ ਨਹੀਂ ਕੱਲ ਵੀ ਜਿਵੇਂ ਬੇਨਤੀ ਕੀਤੀ ਸੀ ਪੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਦਾ ਸਮੁੰਦਰ ਨੇ ਕੋਈ ਇਹਨਾਂ ਦਾ ਥਾ ਅਥਾ ਨਹੀਂ ਹੈ ਕੋਈ ਅਖੀਰ ਨਹੀਂ ਹੈ ਪਰ ਅੱਜ ਦੇ ਸਿੱਖ ਵਿਦਵਾਨ ਦਾ ਇਸ ਗੱਲ ਤੇ ਜ਼ੋਰ ਲੱਗਾ ਪਿਆ ਏ ਕਿ ਸਿੱਖ ਦੇ ਹਰੇਕ ਹਰੇਕ ਸਿੱਖ ਦੇ ਕੰਨ ਕੰਨ ਤੱਕ ਇਹ ਗੱਲ ਪਹੁੰਚਾ ਦਿੱਤੀ ਜਾਏ ਕਿ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਾਡੇ ਲਈ ਗਿਆਨ ਹੀ ਨੇ ਸਾ ਜਾਣਿਓ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਲਈ ਕੇਵਲ ਗਿਆਨ ਨਹੀਂ ਹਨ ਜੇ ਸਾਡੀ ਸੋਚ ਜੇ ਸਾਡੀ ਵਿਚਾਰ ਇਸ ਤਲ ਤੱਕ ਆ ਗਈ ਨਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਕੇਵਲ ਗਿਆਨ ਨੇ ਤੇ ਸਜਾਣੇ ਉਸ ਵੇਲੇ ਸਾਡੀ ਜ਼ਬਾਨ ਤੋਂ ਇਹ ਅੱਖਰ ਭੁੱਲ ਜਾਏਗਾ ਵੀ ਇਹ ਇੱਕ ਗੁਰੂ ਵੀ ਨਹੀਂ ਅਸੀਂ ਇਸ ਗੱਲ ਤੱਕ ਹੀ ਸੀਮਤ ਰਹਿ ਜਾਾਂਗੇ ਕਿ ਇਹ ਗਿਆਨ ਦੀ ਬੁੱਕ ਹੈ ਤੇ ਜਦੋਂ ਇਹ ਗਿਆਨ ਦੀ ਬੁੱਕ ਬਣ ਗਈ ਉਸ ਵੇਲੇ ਬਾਈਬਲ ਵਾਂਗੂ ਤੇ ਗੀਤਾ ਵਾਂਗੂ ਇਹਨੂੰ ਕੱਛੇ ਮਾਰ ਕੇ ਤੁਰਨ ਵਾਸਤੇ ਮਜਬੂਰ ਹੋ ਜਾਾਂਗੇ ਇਸ ਵਾਸਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੇ ਗਿਆਨ ਦਾ ਸਮੁੰਦਰ ਮੰਨਦੇ ਹੋ ਉਥੇ ਕਦਾ ਚਿੱਤ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਨਾ ਭੁੱਲਣੀ ਕਿ ਇਹ ਗਿਆਨ ਦਾ ਸਮੁੰਦਰ ਹੁੰਦਿਆਂ ਹੋਇਆਂ ਸਾਡੇ ਗੁਰੂ ਨੇ ਜਾਗਤ ਗੁਰੂ ਨੇ ਜਿਉਂਦੇ ਜਾਗਦੇ ਗੁਰੂ ਨੇ ਸਿੱਖ ਦੇ ਅੰਦਰ ਦੇ ਹਰ ਬਲਬਲੇ ਤੇ ਹਰ ਸਵਾਲ ਦਾ ਜਵਾਬ ਹਾਜ਼ਰ ਨਾਜ਼ਰ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ ਸੁਇਸ ਕਰਕੇ ਗੰਗਾ ਖੜ ਸ਼ਾਸਤਰ ਹੋਏਗਾ ਆਤਾ ਪੂਰਕ ਕੁੰਭ ਕਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮਪਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ ਇਹਤਾ ਜੋ ਕਸ਼ਤੀਨੋ ਸੂ ਅਨੇਤਾ ਉਹ ਆਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਾਰੇ ਗਿਆਨ ਧਿਆਨ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਕੇ ਕਹਿੰਦੇ ਨਹੀਂ ਇਹ ਗਿਆਨ ਧਿਆਨ ਸੋਮਪਾਕੀ ਜਾਂ ਇਸੇ ਤਰ੍ਹਾਂ ਪੂਰਕਰ ਤੇ ਕੁੰਭਕਰੇਚਕ ਆਦਿਕ ਜੀਆਂ ਜੋਗੀਆਂ ਦੀਆਂ ਧਾਰਾਵਾਂ ਨੇ ਇਹ ਸਾਰਿਆਂ ਨੂੰ ਕਰ ਕਰਕੇ ਬਹਿ ਜਾ ਪਰ ਸੱਜਾ ਜਾਣੀ ਉਦੋਂ ਤੱਕ ਤੇਰਾ ਕੀਤਾ ਹੋਇਆ ਸਭ ਕੁਝ ਨਿਸਫਲ ਹੋ ਜਿੰਨੀ ਦੇਰ ਤੱਕ ਤੇਰੇ ਮਨ ਦਾ ਪ੍ਰੇਮ ਉਸ ਪ੍ਰਮਾਤਮਾ ਦੇ ਨਾਮ ਦੇ ਜਾ ਵਿੱਚ ਨਹੀਂ ਜੁੜਿਆ ਤੇ ਸੱਜਾ ਜਾਣੀ ਜੇ ਤੂੰ ਸਾਰਾ ਗਿਆਨ ਧਿਆਨ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਵਾਂਝਾ ਵਾ ਤੇ ਦੂਸਰੇ ਪਾਸੇ ਇੱਕ ਚੰਡਾਲ ਪੁਣੇ ਵਾਲੀ ਜ਼ਿੰਦਗੀ ਦੇ ਕਰਮ ਵਾਲਾ ਇਨਸਾਨ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ ਤੇ ਸੱਜ ਜਾਣੀ ਦੁਨੀਆ ਦੇ ਆ ਗਿਆਨ ਧਿਆਨ ਧਾਰਨ ਕਰਨ ਵਾਲਿਆ ਤੇਰੇ ਨਾਲ ਉਹ ਚੰਗਾ ਹੋਊਗਾ ਜਿਹੜਾ ਇੱਕ ਚੰਡਾਲ ਜ਼ਿੰਦਗੀ ਵਿੱਚੋਂ ਉੱਠ ਕੇ ਪਰਮਾਤਮਾ ਦੇ ਨਾਮ ਦੇ ਜਾਪ ਦੇ ਸਿਮਰਨ ਦੇ ਆਨੰਦ ਵਿੱਚ ਲੀਨ ਹੋ ਗਿਆ ਉਹ ਚੰਗਾ ਹੋਏਗਾ ਤੇਰੇ ਗਿਆਨ ਧਾਨ ਵਾਲੀ ਜ਼ਿੰਦਗੀ ਨਾਲੋਂ ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਗੁਰਬਾਣੀ ਦੀ ਵਿਚਾਰ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਵਿਆਖਿਆ ਸਰਵਨ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਗੁਰੂ ਸੱਚੇ ਪਾਤਸ਼ਾਹ ਸਾਡੇ ਗਿਆਨ ਦੇ ਸਮੁੰਦਰ ਨੇ ਉੱਥੇ ਪੂਰਨ ਜਾਗਤ ਜੋਤ ਰੂਪ ਗੁਰੂ ਨੇ ਔਰ ਹਰ ਸਿੱਖ ਦੇ ਹਰ ਪ੍ਰਕਾਰ ਦੇ ਸ਼ੰਕੇ ਦੀ ਨਿਵਰਤੀ ਵਾਸਤੇ ਗੁਰੂ ਚਰਨਾਂ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਹੈ ਇਸ ਨੂੰ ਵਿਚਾਰ ਕੇ ਵਾਚ ਕੇ ਤੁਰਨ ਦਾ ਯਤਨ ਕਰੀਏ ਪੂਰਨ ਰੂਪ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਿਹੜੀਆਂ ਸਤਪੁਰਸ਼ਾਂ ਦੀ ਯਾਦ ਵਿੱਚ ਆਪਾਂ ਇੱਥੇ ਇਹਨਾਂ ਸਥਾਨਾਂ ਤੇ ਬੈਠੇ ਆਂ ਸਾ ਜਾਣਿਓ ਸੰਤ ਬਾਬਾ ਗੁਰਬਜਨ ਸਿੰਘ ਜੀ ਖਾਲਸਾ ਭਾਈ ਸਿੰਘ ਸਾਹਿਬ ਜੀ ਨੇ ਤੇ ਆਪ ਨਾਲ ਵਿਚਰ ਕੇ ਇਹ ਗੱਲਾਂ ਸੁਣੀਆਂ ਹੋਣਗੀਆਂ ਚਲੋ ਅਸੀਂ ਗਾਂ ਤੋਂ ਗਾਂ ਸੁਣੀਆਂ ਨੇ ਜਿਸ ਵੇਲੇ ਸੰਤ ਬਾਬਾ ਗੁਰਬਜਨ ਸਿੰਘ ਜੀ ਖਾਲਸਾ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਬਾਣੀ ਦੀ ਵਿਆਖਿਆ ਕਥਾ ਕਰਨ ਵਾਸਤੇ ਜਾਂ ਹੁਕਮਨਾਮਾ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਦੇ ਤਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਰਮਾਲਾ ਚੁੱਕਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦਸਾਂ ਸਰੂਪਾਂ ਦੇ ਦਰਸ਼ਨ ਹੁੰਦੇ ਗੁਰੂ ਕੇ ਪਿਆਰਿਆ ਇਸ ਨੂੰ ਕੱਲੀ ਗਿਆਨ ਦੀ ਬੋਕ ਨਾ ਸਮਝ ਲਈ ਇਸ ਨੂੰ ਦਸਾਂ ਗੁਰੂਆਂ ਦੀ ਆਤਮਿਕ ਜੋਤ ਸਮਝ ਕੇ ਇਹਨੂੰ ਮੱਥਾ ਟੇਕੀ ਇਹਦੇ ਚਰਨਾਂ ਤੇ ਨਤਮਸਤਕ ਹੋਵੇਂ ਤੇ ਇਸ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਕੋਈ ਐਸਾ ਸਿੱਖ ਆਪਣੇ ਅੰਦਰ ਦੀ ਕਿਸੇ ਭਾਵਨਾ ਦੀ ਐਸੀ ਬਖਸ਼ਿਸ਼ ਦੀ ਪ੍ਰਾਪਤੀ ਤੋਂ ਖਾਲੀ ਨਹੀਂ ਜਾਏਗਾ ਵਾਂਝਾ ਨਹੀਂ ਜਾਏਗਾ ਇੱਥੋਂ ਸਾਰਿਆਂ ਦੀਆਂ ਝੋਲੀਆਂ ਭਰਦੀਆਂ ਨੇ ਪਰ ਉਸ ਵੇਲੇ ਕਿਤੇ ਸ਼ੰਕਾਵਾਦੀ ਹੋ ਕਰਕੇ ਸਾਡੇ ਅੰਦਰ ਦੇ ਵਿਸ਼ਵਾਸ ਜਾਂ ਅੰਦਰ ਦੇ ਨਿਚੇ ਵਿੱਚ ਜ਼ਰੂਰ ਕੋਈ ਘਾਟ ਹੋਏਗੀ ਗੁਰੂ ਤੇ ਨਾ ਕੋਈ ਸ਼ੰਕਾ ਕਰਿਆ ਕਰ ਯੋਕ ਕਿ ਕਿਸੇ ਆਮ ਕਵੀ ਨੇ ਵੀ ਕਿਹਾ ਨਾ ਕਿ ਗੁਰੂ ਨੂੰ ਤੇ ਚਾਹ ਰੰਦਾ ਦਾਤਾ ਵਰਤੌਣ ਦਾ ਪਰ ਸਾਨੂੰ ਹੀ ਨਹੀਂ ਤਰੀਕਾ ਆਇਆ ਝੋਲੀਆਂ ਫਲਾਉਣ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵੀ ਕਹਿੰਦੀ ਹੈ ਕਿ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਐਸੇ ਦਰਬਾਰ ਦੀ ਹਾਜ਼ਰੀ ਮਿਲੀ ਏ ਤਨ ਭਾਗ ਸਮਝਦਾ ਹਾਂ ਆਪਣੇ ਇਸ ਪਾਵਨ ਪਵਿੱਤਰ ਦਰਬਾਰ ਦੀ ਐਸੀ ਸਤਪੁਰਸ਼ਾਂ ਔਰ ਮਹਾਂਪੁਰਸ਼ਾਂ ਵੱਲੋਂ ਲਾਏ ਹੋਏ ਇਸ ਸਿੱਖੀ ਦੇ ਬੂਟੇ ਦੀ ਇਸ ਸਟੇਜ ਤੋਂ ਤੁਹਾਡੇ ਦਰਸ਼ਨ ਕਰਨੇ ਨਸੀਬ ਹੋਏ ਨੇ ਵਿਚਾਰ ਵਿੱਚ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਦੇ ਹੋਏ ਅਸੀਂ ਅਸੀਸ ਬਖਸ਼ਿਸ਼ ਕਰਨੇ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜ ਕੇ ਪੂਰਨ ਰੂਪ ਦੇ ਵਿੱਚ ਗੁਰਮਤ ਦੇ ਧਾਰਣੀ ਬਣਾ ਕਰਕੇ ਗੁਰਮੁਖ ਗਾਡੀ ਰਾਹੋ ਚਲੰਦਾ ਔਰ ਭਗਤੀ ਸਹਿਤ ਗਿਆਨ ਦਾ ਮਾਰਗ ਜੋ ਸਤਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ ਉਸ ਮਾਰਗ ਦੇ ਪੰਥ ਦੀ ਸਾਨੂੰ ਸਾਰਿਆਂ ਨੂੰ ਬਣਾਉਣ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ